ਮੁਰਦਾਬਾਦ 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 ਹੱਕੇ ਲਈ ਜੋ ਲੜਦੇ ਲੋਕ ਸੇਨਾ ਤੋਂ ਵੀ ਡਰਦੇ ਲੋਕ। ਸੂਬੇ ਭਰ ਦੇ 20,000 ਤੋਂ ਵੀ ਜ਼ਿਆਦਾ ਬਿਜਲੀ ਮੁਲਾਜ਼ਮਾਂ ਨੇ 3 ਦਿਨਾਂ ਦੀ ਛੁੱਟੀ ਭਰ ਦਿੱਤੀ ਹੈ, ਜਿਸ ਕਾਰਨ ਦਫ਼ਤਰ ਖਾਲੀ ਹੋ ਗਏ ਨੇ ਅਤੇ ਮੁਲਾਜ਼ਮਾਂ ਦੀ ਛੁੱਟੀ ਤੋਂ ਬਾਅਦ ਹੁਣ ਐਕਸ਼ਨ ਨੇ ਪੂਰੀ ਗ੍ਰਿਡ ਸੰਭਾਲ ਲਈ ਹੈ। ਨਾਭਾ ਵਿੱਚ ਵੀ 70% ਮੁਲਾਜ਼ਮ ਛੁੱਟੀ ਤੇ ਚਲੇ ਗਏ ਨੇ। ਬਿਜਲੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਅਨੇਕਾਂ ਹੀ ਸਾਥੀ ਡਿਊਟੀ ਦੌਰਾਨ ਮੌਤ ਦੇ ਮੂੰਹ ਦੇ ਵਿੱਚ ਚਲੇ ਗਏ ਨੇ, ਪਰ ਉਹਨਾਂ ਨੂੰ ਸਰਕਾਰ ਵੱਲੋਂ ਬਣਦਾ ਹੱਕ ਨਹੀਂ ਮਿਲਦਾ, ਜਿਸ ਕਾਰਨ ਉਹਨਾਂ ਵੱਲੋਂ 3 ਦਿਨਾਂ ਦੀ ਛੁੱਟੀ ਲੈ ਲਈ ਗਈ ਹੈ। ਇਸ ਦੌਰਾਨ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਮੁੱਖ ਮੰਗਾਂ ਹਨ ਕਿ ਜੋ ਮੁਲਾਜ਼ਮ ਡਿਊਟੀ ਦੌਰਾਨ ਮਰ ਚੁੱਕੇ ਨੇ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਪੀੜਤ ਪਰਿਵਾਰਾਂ ਨੂੰ 1-1 ਕਰੋੜ ਦੀ ਮਾਲੀ ਸਹਾਇਤਾ ਦਿੱਤੀ ਜਾਵੇ ਅਤੇ ਜੋ ਮੁਲਾਜ਼ਮ ਡਿਊਟੀ ਦੌਰਾਨ ਜ਼ਖਮੀ ਹੋ ਜਾਂਦੇ ਨੇ ਉਸਦਾ ਕੈਸ਼ਲੈਸ ਇਲਾਜ ਕੀਤਾ ਜਾਵੇ। ਇਸ ਤੋਂ ਇਲਾਵਾ ਖਾਲੀ ਪਈਆਂ ਅਸਾਮੀਆਂ ਨੂੰ ਵੀ ਸਰਕਾਰ ਜਲਦੀ ਤੋਂ ਜਲਦੀ ਭਰੇ ਅਤੇ ਜੇਕਰ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਦਿਨਾਂ ਦੀ ਵੀ ਛੁੱਟੀ ਭਰ ਸਕਦੇ ਨੇ। ਸੋ ਅੱਜ ਜਿਹੜੀ ਅਸੀਂ 3 ਦਿਨਾਂ ਦੀ ਸਮੂਹਿਕ ਛੁੱਟੀ ਭਰੀ ਆ ਉਹ ਬੜੇ ਗੁੱਸੇ ਅਤੇ ਰੋਹ ਨਾਲ ਭਰੀ ਗਈ ਆ, ਕਿਉਂਕਿ ਬਿਜਲੀ ਮੰਤਰੀ ਨੇ 2 ਵਾਰੀ ਮੀਟਿੰਗਾਂ ਕਰੀਆਂ ਨੇ। ਆ ਪਿਛਲੀ 6 ਤਰੀਕ ਨੂੰ ਮੀਟਿੰਗ ਦਿੱਤੀ ਸੀਗੀ, ਉਸ ਤੋਂ ਪਹਿਲਾਂ ਪਿਛਲੇ ਮਹੀਨੇ 30 ਤਰੀਕ ਨੂੰ ਮੀਟਿੰਗ ਦਿੱਤੀ ਸੀਗੀ, ਉਹਦੇ ਵਿੱਚ ਇਹਨਾਂ ਨੇ ਸਾਰੀਆਂ ਮੰਗਾਂ ਮੰਨ ਲਈਆਂ ਸੀਗੀਆਂ। ਸਭ ਤੋਂ ਜਿਹੜੀ ਸਾਡੀ ਬਰਨਿੰਗ ਮੰਗ ਆ ਉਹ ਹੈਗੀ ਆ ਵੀ ਜਦ ਸਾਡਾ ਕੋਈ ਐਕਸੀਡੈਂਟ ਹੋ ਜਾਂਦਾ ਕਿਸੇ ਕਰਮਚਾਰੀ ਦਾ, ਉਹਨੂੰ ਅਸੀਂ 1 ਕਰੋੜ ਰੁਪਈਆ ਮੰਗਿਆ ਸੀਗਾ ਵੀ ਜਿਵੇਂ ਪੰਜਾਬ ਸਰਕਾਰ ਸੁਰੱਖਿਆ ਮੁਲਾਜ਼ਮਾਂ ਨੂੰ 1 ਕਰੋੜ ਰੁਪਈਆ ਦਿੰਦੀ ਆ ਅਤੇ ਨਾਲ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਦਿੰਦੀ ਆ, ਇੱਕ ਤਾਂ ਸਾਡੀ ਬਰਨਿੰਗ ਮੰਗ ਇਹ ਸੀਗੀ। ਇੱਕ ਦੂਸਰਾ ਸੀਗਾ ਸਾਡਾ OC ਦਾ ਪੇ ਸਕੇਲ ਅਤੇ ਹੋਰ ਜਿਹੜੀਆਂ ਮੰਗਾਂ ਸੀਗੀਆਂ ਅਤੇ ਸਾਡੇ RTM ਨੂੰ ਨਹੀਂ ਕੋਈ ਉਹਨੂੰ ਨਹੀਂ ਸਕੇਲ ਦਿੱਤਾ ਗਿਆ, ਗ੍ਰੇਡਾਂ ਦੀਆਂ ਬਹੁਤ ਸਾਰੀਆਂ ਮੰਗਾਂ ਸੀਗੀਆਂ ਅਤੇ ਟੈਕਨੀਕਲ ਸਟਾਫ ਦੀਆਂ ਸਾਡੀਆਂ ਬਹੁਤ ਸਾਰੀਆਂ ਮੰਗਾਂ ਸੀਗੀਆਂ। ਜਿਵੇਂ ਸਾਡੇ 295/19 ਵਾਲਿਆਂ ਦੀਆਂ ਤਨਖਾਹਾਂ ਨਹੀਂ ਹਾਲੇ ਪੂਰੀਆਂ ਜਾਰੀ ਹੋਈਆਂ, ਉਹਨਾਂ ਦੀ ਪੂਰੀ ਭਰਤੀ ਕੰਪਲੀਟ ਨਹੀਂ ਕਰੀ ਅਤੇ ਹੋਰ ਬਹੁਤ ਸਾਰੇ ਜਿਹੜੇ ਆ ਸਾਡੀਆਂ ਮੰਗਾਂ ਨੇ ਉਹਨਾਂ 'ਤੇ ਬੜੀ ਵਿਚਾਰ ਚਰਚਾ ਹੋਈ ਤੀ 6 ਤਰੀਕ ਨੂੰ, ਪਰੰਤੂ ਮੰਤਰੀ ਨੇ ਆਪ ਵਿੱਚ ਬੈਠ ਕੇ ਸਾਰਾ ਬੋਰਡ ਮੈਨੇਜਮੈਂਟ ਵਿੱਚ ਬੈਠੀ ਸੀਗੀ, ਉਹਨੇ ਸਾਰਾ ਕੁਝ ਮੰਨਿਆ ਵੀ ਸਾਰੀਆਂ ਮੰਗਾਂ ਸਾਡੀਆਂ ਜਾਇਜ਼ ਨੇ, ਪਰ ਜਾਇਜ਼ ਹੋਣ ਤੋਂ ਬਾਅਦ ਨਾ ਕੋਈ ਸਰਕੂਲਰ ਵੀ ਹਾਲੇ ਅਸੀਂ ਦੇਖਾਂਗੇ ਵਿਚਾਰਾਂਗੇ ਮੰਗਾਂ ਤੁਹਾਡੀਆਂ ਜਾਇਜ਼ ਨੇ, ਕੋਈ ਵੀ ਮੰਗ ਤੁਹਾਡੀ ਗਲਤ ਨਹੀਂ। 40 ਮੰਗਾਂ ਦਾ ਇਹਨਾਂ ਨੂੰ ਚਾਰਟ ਦਿੱਤਾ ਸੀਗਾ, 16 ਮੰਗਾਂ 'ਤੇ ਸਾਡੀ ਡਿਸਕਸ ਅਤੇ ਚਰਚਾ ਹੋਈ ਆ, ਉਹਦੇ ਵਿੱਚ ਵੀ ਇਹਨਾਂ ਨੇ ਕਹਿਤਾ ਵੀ ਹਾਲੇ ਅਸੀਂ ਸੋਚਾਂਗੇ ਵਿਚਾਰਾਂਗੇ। ਇਸ ਕਰਕੇ ਅਸੀਂ ਬੜੇ ਲੰਮੇ ਸਮੇਂ ਤੋਂ ਇਹਨਾਂ ਨੂੰ ਨੋਟਿਸ ਦਿੰਦੇ ਆ ਰਹੇ ਹਾਂ ਵੀ ਸਾਡੀ ਗੱਲ ਨੂੰ ਸੁਣ ਲਓ, ਸਾਡੀ ਗੱਲ ਨੂੰ ਮੰਨ ਲਓ, ਪਰੰਤੂ ਇਹਨਾਂ ਨੇ ਕੋਈ ਗੱਲ ਨਹੀਂ ਮੰਨੀ। ਪਹਿਲਾਂ ਅਸੀਂ ਇਹਨਾਂ ਨੂੰ ਦੱਸਿਆ ਵੀ ਅਸੀਂ ਵਰਕ ਟੂ ਰੂਲ ਕਰਾਂਗੇ, 30/9 ਤੱਕ ਸਾਡਾ ਵਰਕ ਟੂ ਰੂਲ ਚੱਲ ਰਿਹਾ ਅਤੇ ਹੁਣ ਅਸੀਂ ਜਿਹੜੀ 3 ਦਿਨਾਂ ਦੀ ਇਹ ਮੀਟਿੰਗਾਂ ਤੋਂ ਅੱਕ ਕੇ ਲੋਕ ਸੰਘਰਸ਼ ਦੇ ਰਾਹ 'ਤੇ ਨੇ। ਬਿਜਲੀ ਬੋਰਡ ਦਾ ਐਡਾ ਵੱਡਾ ਅਦਾਰਾ ਜਿਹਦੇ ਵਿੱਚ ਵੀ ਕੋਈ ਵੀ ਮਹਿਕਮਾ ਕੋਈ ਵੀ ਘਰ ਐਸਾ ਨਹੀਂ ਹੈਗਾ ਵੀ ਜਿਹੜਾ ਬਿਜਲੀ ਤੋਂ ਬਿਨਾਂ ਚੱਲਦਾ ਹੋਊਗਾ। ਇਹਨਾਂ ਨੂੰ ਇਹ ਨਹੀਂ ਪਤਾ ਵੀ 3 ਦਿਨ ਬਿਜਲੀ ਮੁਲਾਜ਼ਮ ਛੁੱਟੀ 'ਤੇ ਨਹੀਂ ਰਹਿਣ, ਛੁੱਟੀ 'ਤੇ ਰਹਿਣਗੇ ਅਤੇ ਬਿਜਲੀ ਬੋਰਡ ਦਾ ਢਾਂਚਾ ਬਿਲਕੁਲ ਅਸਤ ਵਿਅਸਤ ਹੋ ਜੂਗਾ। ਰਾਤ ਦੇ ਬਹੁਤ ਸਾਰੇ ਗ੍ਰਿੱਡ ਆ ਜਿਹੜੇ ਉਹ ਬੰਦ ਪਏ ਨੇ, ਉੱਥੇ SDO ਦੀਆਂ ਡਿਊਟੀਆਂ ਲਾਈਆਂ ਹੋਈਆਂ ਨੇ, ਐਕਸਨਾਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਨੇ ਅਤੇ ਬਿਜਲੀ ਵੱਡੀ ਪੱਧਰ 'ਤੇ ਪ੍ਰਭਾਵਿਤ ਹੋ ਰਹੀ ਆ। ਕੰਮਕਾਰ ਸਾਡਾ ਬਿਜਲੀ ਬੋਰਡ ਦਾ ਸਾਰਾ ਕੁਝ ਠੱਪ ਆ। ਅਸੀਂ ਅੱਜ ਜਿਹੜੇ ਇਹ ਸਾਡੇ ਜੁਆਇੰਟ ਫੋਰਮ ਅਤੇ ਏਕਤਾ ਮੰਚ ਵੱਲੋਂ ਅਤੇ JE ਐਸੋਸੀਏਸ਼ਨ ਵੱਲੋਂ ਉਹ ਅਸੀਂ
ਵਰਕਟੂਰੂ ਉੱਤੇ ਵੀ ਅੱਜ ਅਸੀਂ ਧਰਨੇ ਦੇਣੇ ਆ ਸਾਰੇ ਪੰਜਾਬ ਦੇ ਵਿੱਚ ਹੀ ਹੈ ਜੀ ਸਾਰੇ ਪੰਜਾਬ ਦੇ ਵਿੱਚ ਵਾਰੀ ਜਿਹੜੇ ਬੰਦਿਆਂ ਨੇ ਛੁੱਟੀਆਂ ਨਹੀਂ ਭਰੀਆਂ ਹੋਈਆਂ ਜਾਂ ਸਾਡਾ ਬਿਜਲੀ ਬੋਰਡ ਦੀ ਮੈਨੇਜਮੈਂਟ ਆ ਉਹਦੀ ਜ਼ਿੰਮੇਵਾਰੀ ਕਿੰਨੇ ਕੁ ਤੁਹਾਡੇ ਨੇ ਛੁੱਟੀਆਂ ਭਰੀਆਂ ਨੇ ਇੱਥੇ ਮਿਲਾ ਸਾਡੇ ਤਕਰੀਬਨ 80% ਜਿੰਨੇ ਹੈਗੇ ਸੀਗੇ ਟੈਕਨੀਕਲ ਕੰਮ ਏ ਉਹਨਾਂ ਨੇ ਤਕਰੀਬਨ ਸਾਰਿਆਂ ਨੇ ਭਰੀਆਂ ਨੇ ਕਿ ਟੈਕਨੀਕਲ ਸਟਾਫ ਸਾਰੀ ਛੁੱਟੀਆਂ 'ਤੇ ਆ ਕੁਛ ਨਹੀਂ ਕਰਦੇ ਸਾਡਾ ਵਰਕ ਟੂ ਰੂਲ ਵੀ ਪਹਿਲਾਂ ਚੱਲ ਰਿਹਾ ਸੀਗਾ ਵਰਕ ਟੂ ਰੂਲ ਤੋਂ ਬਾਅਦ ਅਸੀਂ ਇਹਨਾਂ ਨੂੰ ਫਿਰ ਇਹ ਲੈਟਰ ਲਿਖਿਆ ਸੀ ਵੀ ਵਰਕ 19 ਤਰੀਕ ਨੂੰ ਅਸੀਂ ਅੱਜ ਦੇ ਦਿਨ 10-9 ਤੋਂ ਅਸੀਂ ਛੁੱਟੀਆਂ ਸਮੂਹਿਕ ਛੁੱਟੀਆਂ ਭਰਾਂਗੇ ਪਰੰਤੂ ਇਹਨਾਂ ਨੇ ਕੋਈ ਵੀ ਇਸ 'ਤੇ ਉਹ ਨਹੀਂ ਕਰਿਆ ਧਿਆਨ 'ਚ ਵੀ ਇਹਨੂੰ ਨਿੱਜੀ ਉਸ ਲਈ ਨਹੀਂ ਲਿਆ ਕਿਉਂਕਿ ਬਿਜਲੀ ਇੱਕ ਦੇਖੋ ਜ਼ਰੂਰੀ ਆਪਣਾ ਨਿੱਜੀ ਅਦਾਰਾ ਹਰੇਕ ਨੂੰ ਜ਼ਰੂਰੀ ਅੰਗ ਆ ਇਹ ਸਾਡਾ ਕਿਉਂਕਿ ਹਰ ਚੀਜ਼ ਜਿਹੜਾ ਅੱਜ ਦੇ ਯੁੱਗ 'ਚ ਸਾਂ ਇਹ ਬਿਜਲੀ ਨਾਲ ਆਉਂਦਾ ਸਾਡੇ ਜਿਹੜੇ ਹੁਣ ਤੱਕ ਸਾਥੀ ਨੇ ਘੱਟੋ ਘੱਟ 30-35 ਸਾਥੀ ਸਾਡੇ ਜਿਹੜੇ ਉਹ ਮਰ ਚੁੱਕੇ ਨੇ ਉਹਨਾਂ ਦੇ ਮਤਲਬ ਅਸੀਂ ਰੱਖਿਆ ਦੀ ਵੀ ਉਹਨਾਂ ਦੀ ਜਦੋਂ ਉਹਨਾਂ ਦੀ ਡੈਥ ਹੁੰਦੀ ਆ ਉਹਨਾਂ ਨੂੰ 1 ਕਰੋੜ ਰੁਪਈਆ ਦਿੱਤਾ ਜਾਵੇ ਤਾਂ ਕਿ ਨਾ ਉਹਨਾਂ ਦੀ ਕੋਈ ਸੇਫਟੀ ਆ ਦੇਖੋ ਹਰ ਡਿਪਾਰਟਮੈਂਟ 'ਚ ਪੁਲਿਸ 'ਚ ਆਰਮੀ 'ਚ ਉਹਨਾਂ ਨੂੰ 1 ਕਰੋੜ ਦਿੱਤਾ ਜਾਂਦਾ ਅਤੇ ਉਹਨਾਂ ਦੀ ਇਲਾਜ ਵੀ ਵਧੀਆ ਫ੍ਰੀ ਕਰਾਇਆ ਜਾਂਦਾ ਹੁਣ ਸਾਡੇ ਇੱਕ ਸਾਥੀ ਦਾ ਉਰੇ ਐਕਸੀਡੈਂਟ ਹੋਇਆ ਸੀ ਨਾਭੇ 'ਚ ਅਸੀਂ ਜਥੇਬੰਦੀਆਂ ਨੇ ਇਕੱਠੇ ਕਰ ਕਰਕੇ ਉਹਨੂੰ ਪੈਸੇ ਦਿੱਤੇ ਨੇ 2-3 ਲੱਖ ਰੁਪਈਆ ਜਥੇਬੰਦੀਆਂ ਵੱਲੋਂ ਕਿਸੇ ਨੇ 5,000 ਕਿਸੇ ਨੇ 10,000 ਪੱਲਿਓਂ ਦਿੱਤਾ ਨਾ ਮੈਨੇਜਮੈਂਟ ਕਰਦੀ ਆ ਨਾ ਸਰਕਾਰ ਇਹਦੇ 'ਚ ਲੈਂਦੀ ਆ ਅੱਜ 3 ਦਿਨ ਦੀ ਹੈ ਸਮੂਹਿਕ ਛੁੱਟੀ ਅਤੇ ਹੋ ਸਕਦਾ ਜੀ 15 ਦਿਨ ਦੀ ਵੀ ਹੋ ਸਕਦੀ ਹੈ 20 ਦਿਨ ਦੀ ਵੀ ਹੋ ਸਕਦੀ ਹੈ ਸਰਕਾਰ ਨੂੰ ਪਤਾ ਹੈ ਵੀ ਬਿਜਲੀ ਬੋਰਡ ਦੇ ਕੰਮ ਇਹ ਕੀ ਕਰ ਸਕਦੇ ਆ ਪਹਿਲਾਂ ਸਾਡੇ ਪੇਮੈਂਟ ਵੇਲੇ ਇਹਨਾਂ ਨੇ ਸਾਡੇ ਇੰਜੈਕਸ਼ਨ ਲਾ ਕੇ ਦੇਖੇ ਆ ਤਾਂ ਉਦੋਂ ਅਸੀਂ 13 ਦਿਨ ਦੀ ਜਿਹੜੀ ਹੈ ਸਮੂਹਿਕ ਛੁੱਟੀ ਭਰੀ ਸੀ ਬਿਜਲੀ ਬੋਰਡ ਦਾ ਨਾਸ ਵੱਜ ਗਿਆ ਸੀ ਬਿਲਕੁਲ ਹੀ ਉਦੋਂ ਐਕਸ਼ਨ ਐਸਸੀ ਜਿਹੜੇ ਕ੍ਰੇਡਾਂ ਦੇ ਬੈਠੇ ਸੀਗੇ ਅੱਜ ਵੀ ਉਹੀ ਹਾਲ ਹੈ ਸੋ ਸਰਕਾਰ ਨੂੰ ਬੇਨਤੀ ਹੈ ਪ੍ਰੇ ਹੈ ਵੀ ਸਾਡੇ 'ਤੇ ਇੰਜੈਕਸ਼ਨ ਲਾ ਕੇ ਨਾ ਦੇਖੋ ਇਹ ਬਿਜਲੀ ਬੋਰਡ ਆ ਜਿਹੜਾ ਇਹ ਮੁਲਾਜ਼ਮਾਂ ਨਾਲ ਹੀ ਚੱਲਦਾ ਹੈ ਔਰ ਜਿਹੜੇ ਐਸਮੇ ਦੇ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਵੀ ਐਸਮਾ ਲਾਗੂ ਕਰਤਾ ਜੀ ਅਸੀਂ ਨੌਕਰੀ ਤੋਂ ਕੱਢ ਦਾਂਗੇ ਇਹ ਭੁਲੇਖੇ ਕੱਢ ਦਿਓ ਕਿਉਂਕਿ ਪਹਿਲਾਂ 13 ਦਿਨ ਦੀ ਛੁੱਟੀ ਭਰੀ ਸੀ ਜੇ ਅੱਜ ਸਾਨੂੰ 20 ਦਿਨ ਦੀ ਭਰਨੀ ਪੈਂਦੀ ਹੈ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ ਸਾਡੀਆਂ ਜਿਹੜੀਆਂ ਮੰਗਾਂ ਨੇ ਮਸਲੇ ਨੇ ਇਹ ਮਨਾ ਕੇ ਹੀ ਅਸੀਂ ਸਾਹ ਲਵਾਂਗੇ ਇਹ ਸਾਡੇ ਸਾਰੇ ਬਿਜਲੀ ਜਿਹੜੇ ਕੰਮ ਨੇ ਤਹੀਆ ਕਰ ਚੁੱਕੇ ਨੇ ਔਰ ਕਈ ਤਾਂ ਡਿਵੀਜ਼ਨਾਂ ਸਬ ਡਿਵੀਜ਼ਨ ਆ ਜਿਹੜੇ ਉਹ ਸਮੂਹਿਕ ਛੁੱਟੀ 'ਤੇ ਚੱਲ ਰਹੇ ਆ ਸੋ ਅਸੀਂ ਫਿਰ ਦੁਬਾਰਾ ਤੋਂ ਬੇਨਤੀ ਕਰਦੇ ਹਾਂ ਵੀ ਇਹ ਜਿਹੜਾ ਇੰਜੈਕਸ਼ਨ ਲਾ ਕੇ ਨਾ ਦੇਖਿਆ ਜਾਵੇ ਇਹ ਇੱਕ ਬਹੁਤ ਬੜਾ ਅਦਾਰਾ ਜਿਹਦੇ ਨਾਲ ਜਿਵੇਂ ਸਾਡੇ ਬੁਲਾਰੇ ਨੇ ਬੋਲਿਆ ਵੀ ਸਾਹ ਆਉਂਦਾ ਹੈ ਇਹ ਸਾਹ ਆਉਣਾ ਬੰਦ ਨਾ ਕਰੋ ਸੋ ਸਾਡੀ ਬੇਨਤੀ ਆ ਵੀ ਇਹ ਜਿਹੜਾ ਬਿਜਲੀ ਬੋਰਡ ਦਾ ਮੁਲਾਜ਼ਮ ਹੈ ਪਿਛਲੀਆਂ ਇਤਿਹਾਸ ਖੋਲ੍ਹ ਕੇ ਦੇਖ ਲਓ ਬਹੁਤ ਬੜੇ ਬੜੇ ਸੰਘਰਸ਼ ਹੋਏ ਆ ਬਿਜਲੀ ਬੋਰਡ ਕਦੇ ਹਾਰਿਆ ਨਹੀਂ ਇਹ ਜਥੇਬੰਦੀਆਂ ਕਦੇ ਹਾਰੀਆਂ ਜਿਹੜੀ ਅੱਜ ਪਹਿਲੇ ਦਿਨ ਆ ਜੀ ਸਾਡੇ ਨਾਭਾ ਡਿਵੀਜ਼ਨ ਦੇ ਵਿੱਚ 70% ਬੰਦੇ ਸਟ੍ਰਾਈਕ 'ਤੇ ਨੇ ਜੀ ਜਿਹਨਾਂ ਨੇ ਮਾਸ ਲੀਵ ਭਰੀ ਆ ਜੀ ਅਤੇ 28% 30% ਸਾਡੇ ਬੰਦੇ ਜਿਹੜੇ ਕਲੈਰੀਕਲ ਸਟਾਫ ਹੀ ਆ ਸਾਡੇ ਕੋਲ ਜ਼ਿਆਦਾਤਰ ਅਤੇ ਟੈਕਨੀਕਲ ਨੇ ਉਹ ਤਾਂ 90-95% ਮਾਸ ਲੀਵ ਦੇ ਦਿੱਤੇ ਨੇ ਜਿਵੇਂ ਸ਼ਿਕਾਇਤਾਂ ਹੁੰਦੀਆਂ ਫਿਰ ਉਸਦੇ ਵਾਸਤੇ ਕੀ ਯਾਨੀ ਕਿ ਹੱਲ ਕੀਤੇ ਗਏ ਸਾਡੇ ਕੋਲ ਕੁਝ ਜਿਹੜੇ ਠੇਕੇ ਦੇ ਉੱਤੇ CHB ਕਰਮਚਾਰੀ ਨੇ ਉਹਨਾਂ ਦੀ ਅਸੀਂ ਡਿਊਟੀਆਂ ਲਗਾਈਆਂ ਗਈਆਂ ਨੇ ਸ਼ਿਫਟਾਂ ਦੇ ਵਿੱਚ ਅਤੇ ਗ੍ਰਿੱਡਾਂ ਦੇ ਉੱਤੇ ਵੀ ਜਿਵੇਂ ਹੁਣ ਮੇਰੀ ਵੀ ਡਿਊਟੀ ਅੱਜ ਗ੍ਰਿੱਡ 'ਤੇ ਲੱਗੀ ਆ ਅਤੇ ਬਾਕੀ ਵੀ ਸਾਡੇ ਜਿਹੜੇ SDO ਸਾਹਿਬਾਨ ਨੇ ਸਬ ਡਿਵੀਜ਼ਨਾਂ ਦੇ ਉਹਨਾਂ ਦੀ ਵੀ ਵੱਖ ਵੱਖ ਗ੍ਰਿੱਡ 'ਤੇ ਡਿਊਟੀ ਲੱਗੀ ਆ ਅਤੇ ਇਸ ਤਰ੍ਹਾਂ ਕੁਛ ਮੈਨੇਜ ਕਰ ਰਹੇ ਹਾਂ ਜੀ ਨਹੀਂ ਡਿਊਟੀ ਪਹਿਲਾਂ ਵੀ ਲੱਗੀ ਹੈ ਜੀ ਪਹਿਲਾਂ ਵੀ ਲੱਗੀਆਂ ਨੇ ਹਾਂ ਛੁੱਟੀ ਦੇ ਤਹਿਤ ਲੱਗਦੀ ਜਦੋਂ ਵੀ ਕਦੇ ਮਾਸਕ ਸ਼ੈਡਿਊਲ ਲੀਵ 'ਤੇ ਜਾਂਦੇ ਨੇ ਉਦੋਂ ਪਹਿਲਾਂ ਵੀ ਲੱਗੀਆਂ ਨੇ ਡਿਊਟੀਆਂ ਲੱਗੀਆਂ ਨੇ ਹਾਂਜੀ
ਇਹਨੂੰ ਡਿਮਾਂਡਾਂ ਤਾਂ ਕਾਫੀ ਨੇ ਜੀ, ਤੇ ਉਹਦੇ ਚ ਕੁਝ ਮੇਨ ਮੰਗਾਂ ਇਹ ਨੇ, ਜਿਵੇਂ ਕਿ ਜੇ ਕੋਈ ਕਰਮਚਾਰੀ ਕੰਮ ਕਰਦੇ ਹੋਏ ਕਦੇ ਕਿਸੇ ਨਾਲ ਹਾਦਸਾ ਵਾਪਰਦਾ, ਉਹਨੂੰ ਸ਼ਹੀਦ ਦਾ ਦਰਜਾ ਦੇਣਾ, ਜਾਂ ਕੋਈ ਕੈਸ਼ਲੈਸ ਜਿਹੜਾ ਬੀਮਾ ਕਰਨਾ, ਤੇ ਹੋਰ ਮੁਲਾਜ਼ਮਾਂ ਦੀਆਂ ਜਿਹੜੀਆਂ ਕੁਝ ਪੇਮੈਂਟ ਦੇ ਨਾਲ ਸੰਬੰਧਿਤ ਮੰਗਾਂ ਨੇ, ਜਾਂ ਯੂਨੀਅਨ ਦੇ ਹੋਰ ਮੰਗਾਂ ਨੇ, ਮੰਗਾਂ ਕਾਫੀ ਨੇ ਜੀ ਉਹਨਾਂ ਦੀ। ਮੈਨੇਜਮੈਂਟ ਵੱਲੋਂ ਪ੍ਰਬੰਧ ਤਾਂ ਅਲਟਰੇਟ ਕੀਤੇ ਗਏ ਨੇ ਜੀ, ਪਰ ਜਦੋਂ ਦੇਖੋ ਕੰਮ ਤਾਂ ਬੰਦਿਆਂ ਨਾਲ ਹੀ ਹੁੰਦਾ ਜੀ, ਹੁਣ ਪਰਮਾਨੈਂਟ ਲੈਣ ਵਾਲੇ ਬੰਦੇ ਨਹੀਂ ਹੈਗੇ, ਜੇਈ ਸਾਰੇ ਮਾਸ ਲੀਵ 'ਤੇ ਨੇ ਜੀ ਅੱਜ, ਪ੍ਰਭਾਵਿਤ ਤਾਂ ਹੋਏਗਾ ਕੰਮ, ਪਰ ਫਿਰ ਵੀ ਮੈਨੇਜਮੈਂਟ ਵੱਲੋਂ ਪ੍ਰਬੰਧ ਕੁਛ ਕੀਤੇ ਗਏ ਨੇ ਜੀ।